ਜਿਹੜੀ ਬਣਾ ਕੇ ਤਾਂ ਉਹੋ ਹੀ ਗਾਉਣੀ ਆ, ਤੁਸਾਂ ਨਹੀਂ ਆਪਣੇ ਕੋਲ ਨਹੀਂ ਹੋਰ ਸੁੱਤੀ ਰਹਿ ਗਈ ਮੈਂ ਪੱਟ ਦੇ ਭੁਲੇਖੇ, ਲੋਕੀ ਮੇਰਾ ਯਾਰ ਲੈ ਗਏ ਸੁੱਤੀ ਰਹਿ ਗਈ। ਅੱਛਾ ਸਾਹਿਬ, ਜਿਹੜੀ ਸ਼ਾਇਰੀ ਹੈ ਇਹਦੇ ਵਿੱਚ ਤੁਹਾਡੇ ਕੋਈ ਉਸਤਾਦ ਵੀ ਹੈ ਸਨ? ਉਸਤਾਦ ਮੈਂ ਦੱਸਿਆ ਨਾ, ਮੈਨੂੰ ਦੂਰ ਚੱਲਿਆ ਮੇਰਾ ਉਹ ਪਤਾ ਕੀ, ਮੈਂ ਉਦੋਂ ਅੱਜ ਕਲਰਕ ਸਾਹਿਬ ਦੇ ਇੱਕ ਮੁਲਾਜ਼ਮ ਹੁਸੈਨ ਬੁਖਾਰੀ ਸੀ, ਸੈਂਕਸ਼ਨ ਅਫਸਰ ਸਰਗੋਧੇ ਦਾ, ਬੜਾ ਵੱਡਾ ਜ਼ਿਮੀਂਦਾਰ ਸੀ, ਉਹਨੂੰ ਬੜਾ ਸ਼ੌਕ ਸੀ ਸੈਕਟਰੀਏਟ ਦੇ ਮਹਿਕਮਾ ਫਾਈਨਾਂਸ ਦੇ ਵਿੱਚ, ਉਹਦੇ ਕੋਲ ਨੈਸਨ ਭੱਟੀ, ਆਲ ਮਲੁਹਾਰ, ਅਸ਼ੋਕ ਉਦਲੇ, ਇਹਨਾਂ ਇਹਨੇ ਵੀ ਆਉਣਾ, ਦੂਸਰੇ ਰਜਬ ਅਲੀ ਅਤੇ ਮਨਦੂਰ ਝੱਲੇ ਨੇ ਵੀ, ਅਤੇ ਮੈਂ ਬੜਾ ਖੁਸ਼ ਹੋਣਾ, ਬੋਲਿਆ ਵੀ ਇਹ ਬੰਦੇ ਆਉਂਦੇ ਨੇ, ਮੈਨੂੰ ਬੜੀ ਚੜਕ ਸੀ। ਅਤੇ ਇੱਕ ਦਿਨ ਮੈਂ ਉਹਨੂੰ ਕਿਹਾ, ਮੈਂ ਸ਼ਾਹ ਸਾਹਿਬ ਮੈਂ ਸ਼ਾਇਰੀ ਦਾ ਸ਼ੌਕ ਹੈ, ਅਤੇ ਹੈ ਕਿਹਨੂੰ ਫਿਰ ਤੋਂ ਮੈਂ ਮਨਦੂਰ ਝੱਲੇ ਮੇਰੀ ਗੱਲ ਕਰੋ, ਉੱਥੇ ਨੇ ਮਨਦੂਰ ਝੱਲੇ ਨੇ ਆਖਣ ਲੱਗਾ, ਉਹ ਜੀ ਇਹ ਜੱਟ ਨੂੰ ਮੇਰੇ ਵਾਸੋਂ ਵਾਸ ਲਗਾ, ਅਸੀਂ ਕਿਸੇ ਕੰਮੀ ਕਾਰੇ ਨੂੰ ਸ਼ਗਿਰਦ ਕਰ ਲਈਏ, ਜੱਟ ਇਹਨੇ ਮੇਰੀ ਮੰਨਣੀ ਨਹੀਂ ਗਾ। ਅਤੇ ਫਿਰ ਮੈਨੂੰ ਆਪੇ ਜਾਂਦਾ, ਉਹ ਡੋਗਰ ਜੀ ਗੱਲ ਸੁਣੀ ਹੈ, ਦੱਸਦਾ ਕੋਈ ਨਹੀਂ ਹੁੰਦਾ ਕਿਸੇ ਨੂੰ, ਕਦੀ ਕਿਸੇ ਨੂੰ ਸ਼ਾਇਰੀ 'ਚ ਕੀ ਕਿਸੇ ਨੂੰ ਦੱਸਣਾ ਹੈ, ਤੂੰ ਵੇਖੋ ਵੇਖੀ ਬੰਦਾ ਆਪੇ ਹੀ ਪੱਕਾ ਹੋ ਜਾਂਦਾ। ਮੈਂ ਕਿਹਾ ਠੀਕ। ਲਓ ਜੀ ਦੋਸਤੋ, ਚੌਰੀ ਸਾਹਿਬ ਦੇ ਨਾਲ ਸਾਡੀ ਅੱਜ ਬੜੀ ਅੱਛੀ ਮੀਟਿੰਗ ਰਹੀ, ਅਤੇ ਇਨਸ਼ਾਅੱਲਾ ਫਿਰ ਕਦੀ ਮੌਕਾ ਮਿਲਿਆ ਤਾਂ ਚੌਰੀ ਸਾਹਿਬ ਦੇ ਨਾਲ ਫਿਰ ਜਿਹੜੀਆਂ ਗੱਲਾਂ ਰਹਿ ਗਈਆਂ ਨੇ ਦੁਬਾਰਾ ਕਰਾਂਗੇ। ਅੱਜ ਸਾਨੂੰ ਇਜਾਜ਼ਤ ਦਿਓ। ਅਸਲਾਮ ਅਲੈਕੁਮ। ਰੋਨੇ ਆ ਹੁਣ ਪਲ ਪਲ ਤੇਰੀਆਂ ਚਿੱਠੀਆਂ ਨੂੰ ਬਦਲ ਗਿਆ, ਬੋਲਿਆ ਤੂੰ ਜਾ ਕੇ ਵੇਖ ਕੇ ਚਮੜੀਆਂ ਚਿੱਠੀਆਂ ਨੂੰ, ਮੈਂ ਚਮੜੀਆਂ ਚਿੱਠੀਆਂ ਕਿਹਾ, ਐਸਮ ਸਾਦਕ ਅੱਛਾ ਸ਼ਾਇਰ ਉਹ ਆਉਂਦਾ ਡੋਗਰ, ਲਿਖ ਵੇਖ ਕੇ ਮੇਮਾ ਚਿੱਠੀਆਂ ਨੂੰ, ਮੈਂ ਕਿਹਾ ਸਾਦਕ ਜੀ ਮੇਮਾ ਤਾਂ ਸਾਰੀਆਂ ਚਿੱਠੀਆਂ ਹੁੰਦੀਆਂ ਨੇ, ਚਮੜੀਆਂ ਚਿੱਠੀਆਂ ਸਾਡਾ ਇੱਕ ਮੁਹਾਵਰਾ ਹੈ ਪੰਜਾਬੀ ਦਾ। ਹਾਂਜੀ ਬਿਲਕੁਲ, ਐਸਮ ਸਾਦਕ ਸਾਹਿਬ ਵੀ ਬਹੁਤ ਅੱਛੇ ਸ਼ਾਇਰ ਨੇ ਜੀ। ਹਾਂਜੀ, ਉਹਨਾਂ ਨਾਲ ਮੁਲਾਕਾਤ ਰਹੀ ਜੀ? ਲੋ ਉਹਨਾਂ ਨਾਲ ਤਾਂ ਮੇਰੇ ਬੜੇ ਹੀ ਅੱਛੇ ਤਲਕਾਤ ਨੇ, ਮੇਰੀ ਬੀਵੀ ਫੌਤ ਹੋ ਗਈ ਅਤੇ ਉਸੇ ਵੇਲੇ ਆਇਆ ਵਿਚਾਰਾ, ਮੇਰਾ ਬੱਚਾ, ਮੇਰੇ ਬੱਚੇ ਦੀ ਸ਼ਾਦੀ ਸੀ ਅਤੇ ਗੱਡੀ ਆਖਣ ਲੱਗਾ, ਗੱਡੀ ਨਹੀਂ ਕਿ ਉਦੋਂ ਸਾਡੇ ਕੋਲ, ਹੁਣ ਤਾਂ ਮਾਸ਼ਾਅੱਲਾ ਦੋ ਗੱਡੀਆਂ ਨੇ, ਉਹ ਸਾਡੇ ਕੋਲ ਗੱਡੀ ਨਹੀਂ ਸੀ ਹੈਗੀ, ਅਤੇ ਆਖਣ ਲੱਗਾ ਡੋਗਰ ਸਾਹਿਬ ਗੱਡੀ ਕਿਰਾਏ 'ਤੇ ਨਹੀਂ ਲੈਣੀ, ਗੱਡੀ ਮੇਰੀ ਨਵੀਂ ਗੱਡੀ, ਉੱਥੋਂ ਫੁੱਲ ਫੁੱਲ ਸਜਾ ਕੇ ਮੁੰਡਾ ਲੈ ਕੇ ਆ ਗਿਆ, ਅਤੇ ਆਪ ਵੀ ਆ ਗਿਆ, ਅਤੇ ਆਖਣ ਲੱਗਾ ਕਿ ਆ ਗੱਡੀ ਖੜੀ ਦੇ, ਬੜਾ ਅੱਛਾ ਬੰਦਾ ਜੀ ਐਸਮ ਸਾਦਕ, ਐਵੇਂ ਬੰਦਾ ਆਖੇ, ਅਤੇ ਉਹ ਉਹਦਾ ਆਪਣਾ ਸਟੂਡੀਓ, ਮੈਂ ਉਹਦੇ ਨਾਲ ਬੜੇ ਅੱਛੇ ਮੇਰਾ ਟਾਈਮ ਲੰਘਿਆ, ਅਜੇ ਵੀ ਉਹ ਮੈਨੂੰ ਯਾਦ ਕਰਦਾ, ਮੈਂ ਉਹਨੂੰ ਯਾਦ ਕਰਦਾ ਰਹਿੰਦਾ, ਬਹੁਤ ਅੱਛਾ ਆਦਮੀ ਹੈ। ਚਲੀ ਸਾਹਿਬ, ਪੁਰਾਣੇ ਸਿੰਗਰਾਂ ਦੇ ਵਿੱਚੋਂ ਸਭ ਤੋਂ ਅੱਛਾ ਸਿੰਗਰ ਜਿਹੜਾ ਤੁਹਾਡੇ ਗਾਣੇ ਅੱਛੇ ਤਰੀਕੇ ਨਾਲ ਗਾਉਂਦਾ ਸੀ, ਉਹ ਕਿਹੜਾ ਜੇ? ਪੁਰਾਣੇ ਸਿੰਗਰਾਂ ਦੇ ਵਿੱਚੋਂ ਮੇਰਾ ਜਿਹੜਾ ਸੀ ਨਾ, ਇਹ ਨੈਥਲੀ ਨੇ ਗਾਇਆ, ਨੈਥਲੀ ਨੇ ਗਾਇਆ, ਅੱਛਾ ਰਜਬ ਅਲੀ ਨੇ ਗਾਇਆ, ਰਜਬ ਅਲੀ ਨੇ ਬਹੁਤ, ਉਹਨੇ ਵੀ ਗਾਇਆ, ਉਹਨੇ ਕਿਹਾ ਇਹ ਮੁੰਡੇ ਨੇ ਗਾਇਆ ਨਾ ਅੱਛਾ, ਜਦੋਂ ਅੱਖੀਆਂ ਕਰਨ ਖਤਾਵਾਂ ਦਿਲ ਨੂੰ ਸਜ਼ਾ ਮਿਲਦੀ, ਭੁੱਲ ਜਾਂਦੀਆਂ ਨੇ ਸਾਰੀਆਂ ਅਦਾਵਾਂ ਦਿਲ ਨੂੰ ਸਜ਼ਾ ਮਿਲਦੀ, ਇਹ ਮੁੰਡਾ ਗਾਉਣ ਡਿਆ ਸੀ ਟੈੜੀ ਨੱਤਾਂ ਵਾਲਾ ਹਨੀਫ, ਅਤੇ ਰਜਬ ਅਲੀ ਤਾਂ ਸ਼ੌਕ ਦਲੀ ਪਿੱਛੇ ਖੜ੍ਹੇ, ਆਖਣ ਲੱਗੇ ਡੋਗਰ ਸਾਹਿਬ ਇਹ ਤਾਂ ਵੇਖ ਲਿਆ ਕਰੋ, ਇਹ ਗਾਣਾ ਇਹਦੇ ਗਾਉਣ ਵਾਲਾ ਹੈਗਾ ਕਿ ਨਹੀਂ। ਇਹਨੇ ਰਜਬ ਅਲੀ ਨੇ ਆਖਿਆ ਮੈਂ ਤੁਹਾਨੂੰ ਗਾ ਕੇ ਸੁਣਾਵਾਂਗਾ, ਇਜਾਜ਼ਤ ਹੈ? ਮੈਂ ਆਖਿਆ ਇਜਾਜ਼ਤ, ਇਹ ਰਜਬ ਅਲੀ ਹੁਣ ਵੀ ਇੰਗਲੈਂਡ ਚਲਾ ਗਿਆ, ਉਹ ਰਹਿੰਦਾ ਹੀ ਉੱਥੇ ਆ, ਉੱਥੇ ਹੀ ਗਾਉਂਦਾ ਗੂੰਦਾ, ਉੱਥੇ ਹੀ ਪੈਸੇ ਕਮਾਉਂਦਾ, ਉਹਨੇ ਫਿਰ ਗਾਇਆ ਤਾਂ ਉਹਨੇ ਤਾਂ ਰੰਗ ਲਾ ਤੇ, ਫਿਰ ਉਹ ਖਾਨ ਸਾਹਿਬ ਸਨ, ਉਹ ਨੂਰ ਜਹਾਂ ਨੇ ਆਖਣ ਲੜ ਪਿਆ ਸੀ, ਤਾਂ ਨੂਰ ਜਹਾਂ ਆਖਣ ਲੱਗੀ, ਅਤੇ ਉਹ ਆਖਣ ਲੱਗਾ ਮੈਡਮ ਜੀ ਮੈਂ ਤਾਂ ਤੁਹਾਡੇ ਕੋਲ ਉਦੋਂ ਨਹੀਂ ਸਨ ਡਰਿਆ, ਮੈਂ 12 ਸਾਲਾਂ ਦਾ ਹਾਂ, ਤੁਹਾਡੇ ਨਾਲ ਮੈਂ ਡਿਊਟ ਗਾਇਆ ਸੀ, ਉਹ ਤਾਂ ਬੜੀ ਵੱਡੀ ਖਾਨ ਸਾਹਿਬਾਂ ਦੀ ਇਲਾਜ਼ ਸੀ, ਜਿਹੜੇ ਗਾਉਣ ਵਾਲੇ ਨਾ ਪੱਕੇ ਰਾਗ ਗਾਣੇ ਨੇ ਉਹਨਾਂ ਦੀ ਇਲਾਜ਼ ਹੈ, ਉਹ ਰਜਬ ਅਲੀ ਜਿਹੜਾ, ਅਤੇ ਬੜਾ ਅੱਛਾ ਬੰਦਾ ਉਹਨੇ ਮੇਰੇ ਕਾਫੀ ਗਾਣੇ ਗਾਏ ਨੇ। ਚਲੋ ਸਾਹਿਬ, ਚੌਧਰੀ ਸਾਹਿਬ, ਫਿਲਮਾਂ ਦੇ ਵਿੱਚ ਵੀ ਆਪਣਾ ਕੋਈ ਗਾਣਾ ਚੱਲਿਆ ਕਿਸੇ ਸ਼ਾਇਰ ਦਾ, ਤੁਹਾਡੇ ਕਿਸੇ ਸਿੰਗਰ ਦਾ ਗਾਣਾ ਗਾਇਆ ਫਿਲਮਾਂ ਦੇ ਵਿੱਚ ਵੀ ਗਾਏ ਗਏ? ਫਿਲਮਾਂ ਦੇ ਵਿੱਚ ਮੈਂ ਨਹੀਂ ਕੋਈ ਗਾਇਆ, ਫਿਲਮ ਦੇ ਵਿੱਚ ਗਾਇਆ ਮੇਰਾ ਗਾਣਾ ਪਿਆਰ ਨਾ ਮੰਨੇ ਹਾਰ, ਉਹਨਾਂ ਗਾਣਾ ਲਿਆ ਸੀ ਇੱਕ ਹੜਾ ਮੈਨੂੰ ਕੀ ਹੋ ਗਿਆ, ਪਿਆਰ ਦੀ ਅੱਗ ਵਿੱਚ ਜਲ ਗਈ ਹਾਂ, ਉਹ ਫਿਰ ਉਹ ਫਿਲਮ ਨਹੀਂ ਚੱਲੀ, ਨਾ ਮੈਂ ਗਾਣਾ ਹੀ ਲਿਖਿਆ, ਫਿਰ ਉਹ ਰਹਿ ਗਿਆ ਉੱਥੇ, ਫਿਰ ਸਾਨੂੰ ਪਤਾ ਕੀ ਗੱਲ ਜੇ, ਫਿਲਮਾਂ ਵਾਲੇ ਮੈਨੂੰ ਆਉਂਦੇ ਨੈਸਨ ਭੱਟੀ ਨੇ ਕਈ ਦਫ਼ਾ ਆਖਿਆ ਸੀ, ਮਨਦੂਰ ਝੱਲਾ ਵੀ ਕਹਿੰਦਾ ਸੀ ਐਵੇਂ ਐਵੇਂ ਚੋਰ, ਤੂੰ ਚੌਧਰੀ ਆਦਮੀ ਹੈ, ਐਵੇਂ ਝੋਲਾ ਫਾੜ ਕੇ ਤੁਰਿਆ ਫਿਰੇਗਾ, ਕਦੀ ਕਿਸੇ ਸਟੋਰੀ ਹੋਈ, ਕਦੀ ਕਿਸੇ ਸਟੋਰੀ ਹੋਈ, ਤੂੰ ਆਪਣੇ ਅਣਖੀ ਬੰਦੇ ਹੈਗੇ, ਤੁਸੀਂ ਆਰਾਮ ਨਾਲ ਲਿਖਿਆ ਗਾ ਤੇਰੇ ਗਾਣੇ 'ਤੇ, ਪੇਂਡੂ ਬੜੇ ਮੁੰਡੇ ਗਾਉਂਦੇ ਨੇ, ਤੂੰ ਫਿਲਮ ਵੀ ਦੇਖ ਦੂਰੂ, ਉਹਨੇ ਮੈਨੂੰ ਕਿਹਾ ਸੀ, ਉਹਨੇ ਆਪਣੇ ਵੀ ਬਹੁਤ ਘੱਟ ਗਾਣੇ ਦਿੱਤੇ, ਉਹ ਜਿਹੜਾ ਸੀ ਨਾ ਬੰਦਾ ਝੱਲਾ ਮਨਦੂਰ ਆਖੇ ਵਸਾ ਨਾ ਖਾਈ ਰਨ ਦਾ, ਮੈਂ ਵੀ ਅੱਜ ਰੋਂਦਾ ਫਿਰਨਾ, ਜਿਹੜਾ ਨਹੀਂ ਸਾ ਮੰਨਦਾ, ਉਹਨੇ ਤੁਰਦੀ ਫਿਰਦੀ ਇੱਕ ਬੂਟੀ ਕਰ ਲਈ, ਅਤੇ ਉਹ 4 ਦਿਨ ਸ੍ਰੀ ਪਾਵੇ ਖਾ ਕੇ ਜਾਂਦੀ ਰਹੀ, ਅਤੇ ਮੈਨੂੰ ਆਖਣ ਲੱਗਾ
ਡੋਗਰੀ ਸੁਣਾ, ਤੈਨੂੰ ਸੁਣਾਵਾ ਸ਼ੇਰ ਮੈਂ ਬਣਾਇਆ। ਮੈਂ ਕਿ ਅੱਜ ਅੱਲਾ ਮਨਜ਼ੂਰ ਆ ਕੇ ਸਾਰਾ ਗਾਈ ਰਾਣ ਦਾ, ਮੈਂ ਵੀ ਅੱਜ ਰੋਂਦਾ ਫਿਰਨਾ ਜਿਹੜਾ ਨਹੀਂ ਸੀ ਮੰਨਦਾ। ਚੱਲਾ ਚੱਲੇ ਆਖਿਆ ਸੁਣੋ, ਚੱਲੇ ਆਖਿਆ ਸੁਣੋ, ਅਥਾਨ ਸਾਹਿਬ ਜਿਹਨਾਂ ਸੈਕਟਰੀ ਸੀ ਨਾ ਜਦੋਂ ਜੰਗ ਲੱਗੀ ਸੀ ਕਸ਼ਮੀਰ ਦੀ ਸਾਡੇ ਵਕਤ ਹੈ। ਚੱਲੇ ਆਖਿਆ ਸੁਣੋ ਅਥਾਨ ਸਾਹਿਬ, ਛੁੱਟੋ ਕਹਾਣੀਆਂ ਅਤੇ ਸੁਣੋ ਅਖੀਰ ਦੀ ਗੱਲ, ਉਹਨਾਂ ਚਿਰ ਨਹੀਂ ਚੱਲਿਆ ਜੰਗ ਬੰਦ ਹੋਣੀ ਜਿੰਨਾ ਚਿਰ ਨਹੀਂ ਮੁੱਕਣੀ ਕਸ਼ਮੀਰ ਦੀ ਗੱਲ। ਅਤੇ ਚੱਲਾ ਤਾਂ ਚੱਲਾ ਸੀ, ਫਿਰ ਉਹਨੇ ਆਲਮ ਲੁਹਾਰ ਨੂੰ ਗਾਣੇ ਲਿਖ ਕੇ ਸ਼ਾਮੇ ਡੰਡ ਕਰੀਰ ਦੀ ਅੱਜ ਪੈਂਡੇ ਹੋ ਗਏ ਖੀਰ, ਰਾਂਝੇ ਨੂੰ ਕਿੱਥੇ ਘੇਰ ਕੇ ਮਿਰਜ਼ੇ ਨੂੰ ਕਿੱਥੋਂ ਘੇਰ ਕੇ ਲੈ ਆਉਂਦਾ ਇਹ ਤਕਦੀਰ, ਇਹ ਕੱਟ ਦੇਣਾ ਸ਼ਾਮੇ ਅੱਜ ਜਾਵੇਂ ਡੰਡ ਕਰੀਰ ਦੀ ਹੋ ਗਏ ਪੈਂਡੇ ਆਣ ਖੀਰ, ਮਿਰਜ਼ੇ ਨੂੰ ਕਿੱਥੋਂ ਘੇਰ ਕੇ ਲੈ ਆਉਂਦਾ ਇਹ ਤਕਦੀਰ, ਛੇ ਅੰਦਰ ਤੀਰਾਂ ਦੇ ਨਾਲ ਛਾਨਣੀ ਹੋ ਜਾਣਾ। ਉਹਨੇ ਕਹਿੰਦਾ ਜੀ ਆਲਮ ਜੀ, ਮੈਂ ਤਰਦ ਜਿਹੜੀ ਬਣਾ ਕੇ ਤਾਂ ਉਹ ਹੀ ਗਾਉਣੀ ਆ, ਤੁਸਾਂ ਨਹੀਂ ਆਪਣੇ ਕੋਲ ਨਹੀਂ ਹੋਰ ਸੁੱਤੀ ਰਹਿ ਗਈ, ਮੈਂ ਪੱਟ ਦੇ ਭੁਲੇਖੇ ਲੋਕੀ ਮੇਰਾ ਯਾਰ ਲੈ ਗਏ ਸੁੱਤੀ ਰਹਿ ਗਈ। ਚਲ ਸਾਹਿਬ, ਜਿਹੜੀ ਸ਼ਾਇਰੀ ਹੈ ਇਹਦੇ ਵਿੱਚ ਤੁਹਾਡੇ ਕੋਈ ਉਸਤਾਦ ਵੀ ਹੈ ਸਨ? ਹਾਂ ਉਸਤਾਦ, ਮੈਂ ਦੱਸਿਆ ਨਾ ਮਨਜ਼ੂਰ ਚੱਲਾ ਮੇਰਾ, ਉਹ ਪਤਾ ਕੀ ਮੈਂ ਉਦੋਂ ਅੱਜ ਕਲਰਕ ਸਾਹਿਬ ਦੇ ਇੱਕ ਮੁਲਾਜ਼ਮ ਹੁਸੈਨ ਬੁਖਾਰੀ ਸੀ, ਸੈਂਕਸ਼ਨ ਅਫਸਰ ਸਰਗੋਧੇ ਦਾ ਬੜਾ ਵੱਡਾ ਜ਼ਿਮੀਂਦਾਰ ਸੀ, ਉਹਨੂੰ ਬੜਾ ਸ਼ੌਕ ਸੀ ਸੈਕਟਰੀਏਟ ਦੇ ਮਹਿਕਮਾ ਫਾਈਨਾਂਸ ਦੇ ਵਿੱਚ, ਉਹਦੇ ਕੋਲ ਨੈਸਨ ਭੱਟੀ ਆਲਮ ਲੁਹਾਰ ਸ਼ੌਕਤਲੀ ਇਹਨਾਂ ਇਹਨੇ ਵੀ ਆਉਣਾ, ਰਜ ਦੂਸਰੇ ਰਜਬ ਅਲੀ ਅਤੇ ਮਨਜ਼ੂਰ ਝੱਲੇ ਨੇ ਵੀ, ਅਤੇ ਮੈਂ ਬੜਾ ਖੁਸ਼ ਹੋਣਾ ਬੋਲਿਆ ਵੀ ਇਹ ਬੰਦੇ ਆਉਂਦੇ ਨੇ, ਮੇਰੇ ਬੜੀ ਚੜਕ ਸੀ। ਅਤੇ ਇੱਕ ਦਿਨ ਮੈਂ ਉਹਨੂੰ ਕਿਹਾ ਮੈਂ ਸ਼ਾਹ ਸਾਹਿਬ ਮੈਂ ਸ਼ਾਇਰੀ ਦਾ ਸ਼ੌਕ ਹੈ ਅਤੇ ਕਿਹਨੂੰ ਫਿਰ ਤੋਂ ਮੈਂ ਮਨਜ਼ੂਰ ਝੱਲਣਾ ਮੇਰੀ ਗੱਲ ਕਰੋ, ਉੱਥੇ ਨੇ ਮਨਜ਼ੂਰ ਝੱਲੇ ਨੇ ਦਾਖਲ ਲਗਾ, ਉਹ ਜੀ ਇਹ ਜੱਟ ਨੂੰ ਮੇਰੇ ਵਾਸੋਂ ਵਾਸ ਲਗਾ, ਅਸੀਂ ਕਿਸੇ ਕੰਮੀ ਕਾਰੇ ਨੂੰ ਸ਼ਗਿਰਦ ਕਰ ਲਈਏ ਜੱਟ, ਇਹਨੇ ਮੇਰੀ ਮੰਨਣੀ ਨਹੀਂ ਗਾ। ਅਤੇ ਫਿਰ ਮੈਨੂੰ ਆਪੇ ਜਾਂਦਾ ਉਹ ਡੋਗਰ ਜੀ ਗੱਲ ਸੁਣੀ ਹੈ, ਦੱਸਦਾ ਕੋਈ ਨਹੀਂ ਹੁੰਦਾ ਕਿਸੇ ਨੂੰ, ਕਦੀ ਕਿਸੇ ਨੂੰ ਸ਼ਾਇਰੀ 'ਚ ਕੀ ਕਿਸੇ ਨੂੰ ਦੱਸਣਾ ਹੈ, ਤੂੰ ਵੇਖੋ ਵੇਖੀ ਬੰਦਾ ਆਪੇ ਹੀ ਪੱਕਾ ਹੋ ਜਾਂਦਾ। ਮੈਂ ਕਿਹਾ ਠੀਕ ਹੈ। ਲਓ ਜੀ ਦੋਸਤੋ, ਚੌਰੀ ਸਾਹਿਬ ਦੇ ਨਾਲ ਸਾਡੀ ਅੱਜ ਬੜੀ ਅੱਛੀ ਮੀਟਿੰਗ ਰਹੀ ਅਤੇ ਇਨਸ਼ਾਅੱਲਾ ਫਿਰ ਕਦੀ ਮੌਕਾ ਮਿਲਿਆ ਤਾਂ ਚੌਰੀ ਸਾਹਿਬ ਦੇ ਨਾਲ ਫਿਰ ਜਿਹੜੀਆਂ ਗੱਲਾਂ ਰਹਿ ਗਈਆਂ ਨੇ ਦੁਬਾਰਾ ਕਰਾਂਗੇ। ਅੱਜ ਸਾਨੂੰ ਇਜਾਜ਼ਤ ਦਿਓ। ਅਸਲਾਮ ਅਲੈਕੁਮ।